अस्पताल समाज सेवा के लिए बनाए जाते हैं, लेकिन कुछ निजी अस्पताल अपनी गरिमा को तार तार करने में कभी नहीं चूकते। ऐसा ही एक मामला मोहाली के सिल्वी अस्पताल का सामने आया है। आइए आपको दिखाते हैं निजी अस्पतालों की कारगुजारी, किस कदर मरीजों की जिंदगी से खिलवाड़ किया जाता है। ऐसे अस्पतालों के लिए मरीजों की जिंदगी से ज्यादा पैसा अहमियत रखता है। इसका जी चार्ज 60 का पैकेज था, 2,30,000 रुपए एडवांस थे। डॉक्टर साहब ने डिस्चार्ज कर दिया विदाउट ट्रीटमेंट, मतलब सर्जरी नहीं की। इसके 1,25,900 या समथिंग वो वापस मिल गए मैंने, और 1,04,000 कुछ जो इनको बिल बनाया था इसके बारे में मैनेजमेंट से डिस्कस करके कल को बात कर लेंगे। देखो कोरोना का आज कितना का नाम है, कोरोना करके कह रहे हैं, कोरोना करके डिस्चार्ज कर दिया। हम इलाज के लिए आए थे पिछले हफ्ते, तभी तो कोरोना। थोड़ा 7 दिनों के किन्ना का इलाज हुआ या उस बारे उन्होंने किन्नी तड़ तो पेमेंट लिखी है जी? 1,04,000 समथिंग पैसे लिए और इलाज इसके बारे में तो सिर्फ लैब टेस्ट हुए या मेरा खर्चा डाला उन्होंने बैठे। जो तनो जी दाखिल किया गया वो एमरजेंसी का बिल्कुल क्रिटिकल केस है, कैसे घूम रहे हो आप एडमिट हो एमरजेंसी? तो उस एमरजेंसी के भी कोई इलाज नहीं हुआ? नहीं सर, बिल्कुल नहीं। लैब टेस्ट करते रहे, डेट एक्सटेंड करते रहे कि 25 को होगा, 27 को होगा। मेरी पहला जी मेरे एक रिक्वेस्ट है कि ਤੁਸੀਂ ਹਸਪਤਾਲ ਵੱਲੋਂ ਪੈਸੇ ਵਾਪਸ ਕੀਤੇ ਗਏ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਕੱਲ ਦੀ ਕੰਪਲੇਂਟ ਆ ਸਾਡੇ ਕੋਲੇ, ਵੀਡੀਓ ਨੇ, ਪ੍ਰੂਫ ਨੇ, ਜਿਹੜੇ ਤੁਹਾਡੇ ਤੋਂ ਉਹਨਾਂ ਨੇ ਐਲੀਗੇਸ਼ਨ ਲਾਏ ਨੇ, ਤੁਹਾਡੇ ਤੇ ਇਲਜ਼ਾਮ ਨੇ, ਤੁਹਾਡੇ ਹਸਪਤਾਲ ਸ਼ੈਲਵੀ ਹਸਪੀਟਲ ਦੇ ਇਲਜ਼ਾਮ ਨੇ, ਕੀ ਕਹੋਗੇ? ਆਪਦਾ ਨਾਮ ਦੱਸ ਕੇ ਐਕਸਪਲੇਨੇਸ਼ਨ ਦੇ ਦਿਓ ਸਰ। ਪੇਸ਼ੈਂਟ ਦੀ ਸਾਡੇ ਕੋਲ ਕੀ ਹੈ ਸਰ? ਨਾ ਮੇਰਾ ਨਾਮ ਨਿਤਿਸ਼ ਖੁਰਾਨਾ ਹੈ ਜੀ। ਕੀ ਡੈਜੀਨੇਸ਼ਨ ਤੁਹਾਡੀ? ਮੈਂ ਜਨਰਲ ਮੈਨੇਜਰ ਹੈਗਾ। ਠੀਕ ਹੈ ਜੀ। ਠੀਕ ਹੈ ਜੀ। ਪੇਸ਼ੈਂਟ ਦੀ ਐਸ ਐਸ ਸਾਡੇ ਕੋਲ ਕੋਈ ਐਸ ਐਚ ਕੋਈ ਕੰਪਲੇਂਟ ਨਹੀਂ ਹੈ। ਪੇਸ਼ੈਂਟ ਦਾ ਕੋਈ ਕੰਸਰਨ ਆਉਂਦੇ ਨੇ ਹਸਪੀਟਲ 'ਚ, ਪੇਸ਼ੈਂਟ ਐਡਮਿਟ ਹੁੰਦੇ ਨੇ, ਬਹੁਤ ਸਾਰੇ ਕੰਸਰਨ ਆਉਂਦੇ ਨੇ। ਸੋ ਇਸ ਤਰ੍ਹਾਂ ਕਿ ਕਿਸੇ ਪੇਸ਼ੈਂਟ ਦਾ ਤੁਹਾਡੇ ਕੋਲ ਸ਼ਾਇਦ ਉਹਨਾਂ ਨੇ ਕੋਈ ਕੰਪਲੇਂਟ ਕੀਤੀ ਹੋਵੇ, ਸਾਨੂੰ ਉਹਦੇ ਬਾਰੇ ਪਤਾ ਨਹੀਂ ਹੈ। ਪੇਸ਼ੈਂਟ ਨੇ ਅਗਰ ਕੋਈ ਇੱਦਾਂ ਦਾ ਕੰਸਰਨ ਹੈ, ਸਾਡੇ ਇੱਥੇ ਡੇਲੀ ਦੇ ਕਾਫੀ ਪੇਸ਼ੈਂਟ ਹੁੰਦੇ ਨੇ, ਔਰ ਪੇਸ਼ੈਂਟ ਦਾ ਜੋ ਵੀ ਕੋਈ ਕੰਸਰਨ ਹੋਏਗਾ, ਜਿਹੜੇ ਪੇਸ਼ੈਂਟ 'ਤੇ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਪੇਸ਼ੈਂਟ ਸਾਡੇ ਕੋਲ ਅੱਜ ਸਵੇਰੇ ਵੀ ਆ ਕੇ ਗਏ ਨੇ, ਸੋ ਐਸ ਸਾਡੇ ਵੱਲੋਂ ਤਾਂ ਕੋਈ ਇੱਦਾਂ ਦਾ ਕੋਈ ਇਸ਼ੂ ਹੈ ਨਹੀਂ। ਤੁਸੀਂ ਕੱਲ ਪੈਸੇ ਵਾਪਸ ਕੀਤੇ ਨੇ ਕਿਸੇ ਦੇ? ਰਿਕਾਰਡ ਆ ਸਾਡੇ ਕੋਲ ਇਸ ਚੀਜ਼ ਦਾ? ਵਾਪਸ ਕੀਤੇ ਨਹੀਂ ਕੀਤੇ? ਰਿਕਾਰਡ ਹੀ ਲੱਗਣਾ ਹੈ ਇਦਾਂ ਹੀ। ਸਰ ਦੇਖੋ ਪੇਸ਼ੈਂਟ ਦੀ ਡਿਪੋਜ਼ਿਟ ਆਉਂਦਾ ਹੈ ਜੀ, ਪੇਸ਼ੈਂਟ ਦਾ ਡਿਪੋਜ਼ਿਟ ਆਉਂਦਾ ਹੈ। ਅਗਰ ਉਹਦੀ ਕੋਈ ਕਿਸੇ ਸਰਜਰੀ ਨੂੰ ਪੋਸਟਪੋਨ ਹੋ ਰਹੀ ਹੈ, ਪੇਸ਼ੈਂਟ ਦੀ ਅਗਰ ਕੋਈ ਸਰਜਰੀ ਜਿਹੜਾ ਮੀਡੀਆ ਨੂੰ ਦੇਖ ਕੇ ਦਿੱਤਾ ਗਿਆ, ਅਦਰਵਾਈਜ਼ ਤੁਹਾਨੂੰ ਉਹਦੇ ਸਰ ਮੀਡੀਆ ਨੂੰ ਦੇਖ ਮੀਡੀਆ ਇਹ ਇਲਜ਼ਾਮ ਸੀ ਜਿਹੜਾ ਸਰ ਉਹ 5 ਦਿਨ ਸਰ ਹਰ ਚੀਜ਼ ਦਾ ਇੱਕ ਪ੍ਰੋਸੈਸ ਹੁੰਦਾ ਹੈ। ਪੇਮੈਂਟ ਜਿਹੜੀ ਹੈਗੀ ਹੈ ਐਜ਼ ਪਰ ਗਵਰਨਮੈਂਟ ਰੂਲਸ, ਅਸੀਂ ਪੇਮੈਂਟ ਨੂੰ ਕੈਸ਼ ਰਿਫੰਡ ਨਹੀਂ ਹੁੰਦਾ, ਪੇਸ਼ੈਂਟ ਨੂੰ ਤਰੀਕੇ ਨਾਲ ਹੀ ਰਿਫੰਡ ਕੀਤਾ ਜਾਂਦਾ ਹੈਗਾ। ਠੀਕ ਹੈ ਜੀ। ਸੋ ਜਿਸ ਤਰ੍ਹਾਂ ਵੀ ਕੀਤਾ ਗਿਆ ਕੈਸ਼ ਕੀਤੇ ਨੇ ਜੀ? ਦੇਖੋ ਸਰ, ਉਹ ਤਾਂ ਜਦੋਂ ਕੈਸ਼ ਕੀਤੇ ਨੇ ਨਾ, ਜਦੋਂ ਮੈਂ ਉਹੀ ਕਹਿ ਰਿਹਾ ਨਾ ਜੀ, ਐਡਜਸਟਮੈਂਟ ਹੁੰਦੀ ਹੈ ਸਰ, ਉਹ ਤਾਂ ਇੱਕ ਵਾਰ ਸਰ ਕੱਲ ਰਿਫੰਡ ਕੈਸ਼ ਕੀਤਾ ਕਿ ਨਹੀਂ ਜੀ? ਸਰ ਉਹ ਮੈਨੂੰ ਨਹੀਂ ਪਤਾ ਉਹਦੇ ਬਾਰੇ। ਸਰ ਉਹ ਆਨ ਰਿਕਾਰਡ ਵੀਡੀਓ ਹਾਂਜੀ, ਤੁਸੀਂ ਮੈਨੇਜਰ ਹੋ ਤੁਹਾਨੂੰ ਪਤਾ। ਸਰ ਮੈਂ ਹਸਪੀਟਲ ਤੋਂ ਇਲਾਜ ਕਰਾਉਣਾ ਹੈ ਤੇ ਪੇਸ਼ੈਂਟ ਦਾ ਪਤਾ ਜੀ ਬਾਰੇ। ਸਰ ਕਦੇ ਕਿਸੇ ਹੁੰਦਾਗਾ ਕਿ ਜਿਹੜਾ ਤੁਹਾਡਾ ਰਿਫੰਡ ਰਹਿ ਜਾਂਦੇ ਆ ਪੈਸੇ, ਮਾਲਕ ਬਕਾਇਆ ਰਹਿ ਜਾਂਦਾ, ਉਹ ਤੁਸੀਂ ਪੇਸ਼ੈਂਟ ਨੂੰ ਇਹ ਕਹਿੰਦੇ ਵੀ ਅਗਲੀ ਵਾਰ ਜਦੋਂ ਇਲਾਜ ਕਰਾਉਣਾ ਆਉਂਗੇ ਉਦੋਂ ਐਡਜਸਟ ਕਰ ਲਾਂਗੇ? ਸਰ ਬਕਾਇਆ ਨਹੀਂ ਰਹਿ ਜਾਂਦਾ ਹੈਗਾ। ਅਗਰ ਪੇਸ਼ੈਂਟ ਦੀ ਸਰਜਰੀ ਪਲਾਨ ਹੈਗੀ ਹੈ, ਕਿਸੇ ਰੀਜ਼ਨ ਕਰਕੇ ਨਹੀਂ ਹੋਈ ਹੈ, ਅਸੀਂ ਪੇਸ਼ੈਂਟ ਨੂੰ ਦੇਖੋ ਪੈਸੇ ਤਾਂ ਵਾਪਸ ਕਰਨੇ ਹੀ ਹੁੰਦੇ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਉਹ ਅਲੱਗ ਚੀਜ਼ ਹੈ ਕਿ ਪੇਸ਼ੈਂਟ ਨੂੰ ਇਹ ਕਹਿ ਦਿੰਦੇ ਹਾਂ ਕਿ ਜੀ ਅਗਰ ਤੁਹਾਡੀ ਸਰਜਰੀ ਪਲਾਨ ਹੈ ਤਾਂ ਬੇਸ਼ੱਕ ਉਹਦੇ ਵਿੱਚ ਐਡਜਸਟ ਕਰ ਲਓ, ਹੋ ਸਕਦਾ ਪੇਸ਼ੈਂਟ ਨੇ ਅਗਲੇ 3-4 ਦਿਨਾਂ ਤੱਕ ਦੁਬਾਰਾ ਆਉਣਾ ਹੋਵੇ। ਪੇਸ਼ੈਂਟ ਅੱਜ ਵੀ ਓਪੀਡੀ 'ਚ ਸਵੇਰੇ ਦਿਖਾ ਕੇ ਗਏ ਨੇ, ਠੀਕ ਹੈ ਨਾ ਜੀ? ਤਾਂ ਪੇਸ਼ੈਂਟ ਨੂੰ ਦੁਬਾਰਾ ਆਉਣਗੇ, ਅਗਰ ਉਹਨਾਂ ਨੇ ਉਸੇ ਟਾਈਮ ਚਾਹੀਦੇ ਆ ਤਾਂ ਉਹਨਾਂ ਨੂੰ ਉਸ ਤਰੀਕੇ ਨਾਲ ਉਹਨਾਂ ਨੂੰ ਅਟੈਂਡ ਕੀਤਾ ਜਾਂਦਾ। ਅਗਰ ਉਹਨਾਂ ਨੇ ਅਗਲੇ ਬਿੱਲ ਦੇ ਵਿੱਚ ਐਡਜਸਟ ਕਰਾਉਣਾ ਤਾਂ ਐਡਜਸਟ ਹੋ ਜਾਣਗੇ। ਅਗਲਾ ਬਿੱਲ ਕਿਵੇਂ ਜੀ? ਹਾਂਜੀ, ਜੇ ਪੇਸ਼ੈਂਟ ਨੇ ਦੁਬਾਰਾ ਐਡਮਿਟ ਹੋਣਾ, ਸਰਜਰੀ ਦਾ ਪਲਾਨ ਹੁੰਦੀ ਹੈ ਨਾ ਪੇਸ਼ੈਂਟ ਦੀ? ਪੈਕੇਜ ਹੁੰਦਾ ਉਹ ਪੈਕੇਜ ਦੇ ਵਿੱਚ।